सच्ची घटना जिहड़ी दसण जा रहे हां। साल 2019 दे विच थाणा मखू मैं बतौर इंचार्ज काम करदा सी। ਇਹ ਰਾਜਾ ਵੜਿੰਗ ਅੰਮ੍ਰਿਤਸਰ ਏਅਰਪੋਰਟ ਤੋਂ ਇਹਨੇ ਜਾਣਾ ਸੀ ਮੁਕਤਸਰ ਨੂੰ ਤੇ ਧੁੰਦ ਉਸ ਦਿਨ ਬਹੁਤ ਜ਼ਿਆਦਾ ਸੀ ਤੇ ਸਾਨੂੰ ਸਾਡੇ DSP ਦਫ਼ਤਰ ਤੋਂ ਫੋਨ ਆਇਆ ਵੀ ਇਹਨੇ ਇੱਥੇ ਕੁਲਵੀਰ ਸਿੰਘ ਜੀਰਾ ਦੀ ਕੋਠੀ, ਕਿਉਂਕਿ ਉਸ ਵੇਲੇ ਉਹ ਵੀ MLA ਸੀਗੇ, ਵੀ ਉੱਥੇ ਜਾਣਾ ਵੀ ਤੁਸੀਂ ਧੁੰਦ ਜ਼ਿਆਦਾ ਵੀ ਇਹਨੂੰ ਪਾਇਲਟ ਕਰਕੇ ਤੇ ਉਹਦੇ ਘਰ ਤੱਕ ਛੱਡ ਜਿਓ। ਇਹ ਮਖੂ ਪਹੁੰਚ ਗਿਆ, ਅਸੀਂ ਮਖੂ ਫਾਟਕਾਂ ਦੇ ਜੀਰੇ ਵਾਲੇ ਪਾਸੇ ਖੜੇ ਸੀ, ਇਹ ਅੰਮ੍ਰਿਤਸਰ ਵਾਲੀ ਸਾਈਡ ਫਾਟਕ ਬੰਦ ਸੀ ਤੇ ਉਸ ਵੇਲੇ ਰਾਤ ਦਾ ਟਾਈਮ ਸੀ, ਕੋਈ ਰਸ਼ ਤਾਂ ਹੈ ਨਹੀਂ ਸੀ। ਇੱਕ ਇਹਦੀ ਗੱਡੀ ਖੜੀ ਸੀ ਤੇ ਇਹਦੀ ਗੱਡੀ ਦੇ ਨਾਲ ਇੱਕ ਗੱਡੀ ਲਿਆ ਕੇ ਬਰਾਬਰ ਮੁੰਡਿਆਂ ਨੇ ਖੜੀ ਕਰ ਦਿੱਤੀ। ਚਲੋ ਲਾਇਸੈਂਸੀ ਉਹਨਾਂ ਦਾ ਪਿਸਟਲ ਸੀ, ਉਹ ਡੈਸ਼ਬੋਰਡ ਤੇ ਪਿਆ ਸੀ, ਕੋਈ ਉਹਨਾਂ ਨੇ ਇਹਨੂੰ ਐਕਟੀਵਿਟੀ ਉਹੋ ਜਿਹੀ ਨਹੀਂ ਕੀਤੀ, ਇਹਦੀ ਕਿਤੇ ਟੇਢੀ ਨਿਗਾਹ ਕਿਤੇ ਉਧਰ ਪੈ ਗਈ ਤੇ ਇਹਨੇ ਕਿਹਾ ਵੀ ਗੱਡੀ ਮੇਰੇ ਬਰਾਬਰ ਲਿਆ ਕੇ ਲਾ ਦਿੱਤੀ ਤੇ ਇਹਨੇ ਮੈਨੂੰ ਆਪਦਾ ਇਹਦਾ ਗੰਨਮੈਨ ਮੇਰੇ ਕੋਲ ਆਇਆ, ਮੈਨੂੰ ਕਹਿੰਦਾ ਤੈਨੂੰ ਤੁਹਾਨੂੰ ਜੀ MLA ਸਾਹਿਬ ਬੁਲਾਉਂਦੇ ਆ। ਮੈਂ ਕਿਹਾ ਜੀ ਦੱਸੋ। ਕਹਿੰਦਾ ਵੀ ਇਹ ਜਿਹੜੇ ਬੰਦੇ ਇਹਨਾਂ ਦੇ 76 ਮਾਰ ਤੇ ਇਹਨਾਂ ਦਾ ਜਲੂਸ ਕੱਢ ਦੇ ਤੇ ਪਰਚਾ ਦੇ ਦੇ। ਮੈਂ ਕਿਹਾ ਜੀ ਸਾਹਿਬ ਤਾਂ ਤੁਹਾਨੂੰ ਲੈਣ ਵਾਸਤੇ ਆਏ ਸੀ ਵੀ ਚਲੋ ਕੁਲਵੀਰ ਸਿੰਘ ਜੀਰਾ ਦੇ ਘਰੇ। ਕਹਿੰਦਾ ਵੀ ਅਸੀਂ ਕੋਈ ਨੀ ਮੈਂ ਜਾਗਣੂਗਾ, ਇਹਨਾਂ ਨੇ ਉੱਥੇ ਫੋਨ ਕਰਕੇ ਕੋਠੀ ਤੋਂ ਕੋਈ ਹੋਰ ਗੱਡੀ ਮੰਗਵਾ ਲਈ। ਮੈਨੂੰ ਕਹਿੰਦਾ ਵੀ ਇਹਦੇ ਜੁੱਤੀਆਂ ਮਾਰ ਕੇ ਜਲੂਸ ਕੱਢ ਦੇਦਾ, ਸਿਰਫ ਕਸੂਰ ਕੀ ਵੀ ਗੱਡੀ ਮੇਰੇ ਬਰਾਬਰ ਕਿਉਂ ਲਿਆ ਕੇ ਲਾ ਲਈ, ਮੇਰੇ ਗੋਲੀ ਮਾਰਨ ਲੱਗਾ ਸੀ। ਮੈਂ ਕਿਹਾ ਜੀ ਕੋਈ ਪਤਾ, ਅਸੀਂ ਜਦੋਂ ਚੱਲ ਉਹਨਾਂ ਮੁੰਡਿਆਂ ਨੂੰ ਪੁੱਛਿਆ, ਉਹ ਮੁੰਡੇ ਸਾਡੇ ਪੁਲਿਸ ਮੁਲਾਜ਼ਮ ਸੀ ਤੇ ਮਖੂ ਦੇ ਰਹਿਣ ਵਾਲੇ ਸੀ, ਲੋਕਲ ਸੀ, ਉਹ ਕਿਸੇ ਫੰਕਸ਼ਨ ਤੋਂ ਆ ਰਹੇ ਸੀ ਰਾਤ ਨੂੰ ਤੇ ਮੈਂ ਇਹਨੂੰ ਉੱਥੇ ਦੱਸਿਆ, ਮੈਂ ਕਿਹਾ ਜੀ ਸਾਡੇ ਪੁਲਿਸ ਮੁਲਾਜ਼ਮ ਹੀ ਹੈ ਮੁੰਡੇ, ਵੀ ਕੋਈ ਉਹੋ ਜਿਹੀ ਗੱਲ ਨਹੀਂ, ਉਹਨਾਂ ਨੇ ਤੁਹਾਨੂੰ ਪਛਾਣ ਲਈ, ਪਛਾਣ ਵੀ ਲਿਆ ਤੇ ਉਹਨਾਂ ਨੇ ਗੱਡੀ ਪਿੱਛੇ ਨੂੰ ਥੋੜੀ ਜਿਹੀ ਕਰ ਲਈ ਵੀ ਚੱਲ VIP ਹੈ, ਲੰਘ ਜੂਗੇ। ਪਰ ਇਸ ਬੰਦੇ ਦੀ ਈਗੋ ਦੇਖੋ, ਇਹ ਬੰਦਾ ਟੱਸ ਤੋਂ ਮਸ ਨਹੀਂ ਹੋਇਆ, ਪਰਚਾ ਦੇਣ ਦੀ ਜਿੱਦ ਤੇ ਅੜ ਗਿਆ। SSP ਸਾਹਿਬ ਦਾ ਫੋਨ ਆ ਗਿਆ ਵੀ ਦਿਓ ਪਰਚਾ। ਮੈਂ ਕਿਹਾ ਜੀ ਬਣਦਾ ਹੀ ਨਹੀਂ ਗਾ, ਪੁਲਿਸ ਮੁਲਾਜ਼ਮ ਮੁੰਡਾ ਲਾਇਸੈਂਸ ਹੀ ਅਸਲਾਬ ਦੀ ਗੱਡੀ ਚ ਰੱਖੀ ਬੈਠਾ, ਕੋਈ ਗੁਨਾਹ ਥੋੜੀ ਕਰ ਲਿਆ, ਸਿਰਫ ਇੱਕ ਇਸ ਗੱਲ ਦੀ ਈਗੋ ਆ ਵੀ ਇਹਦੇ ਬਰਾਬਰ ਆ ਕੇ ਖੜ ਗਿਆ ਉਹ ਹੱਦੋਂ ਵੀ। ਮੈਂ ਕਿਹਾ ਮੈਂ ਮੌਕੇ ਤੇ ਪ੍ਰੈਜੈਂਟ ਹਾਂ, ਗਨਮੈਨ ਨਾਲ ਹੈ ਸਾਰੇ ਉੱਥੇ, ਇਹਦੇ ਗਨਮੈਨ ਨਾਲ, ਕੋਈ ਇਹੋ ਜਿਹੀ ਗੱਲ ਹੀ ਹੈ ਨਹੀਂ। ਪਰ ਇਸ ਬੰਦੇ ਨੇ 3 ਦਿਨ ਉਹ ਮੁੰਡਾ ਥਾਣੇ ਬਿਠਵਾ ਛੱਡਿਆ ਨਜਾਇਜ਼, ਨਾਲ ਜੀਰੇ ਵਾਲਾ ਮਿਲੇ ਸਾਡਾ ਅੱਧੀ ਮਖੂ ਦੇ, ਉਹਨਾਂ ਦੇ ਵਿਚਾਰਿਆਂ ਦੇ ਜਿਹੜੇ ਕੋਈ ਮੋਹਤਵਾਰ ਬੰਦੇ ਸੀ, ਪਹਿਲਾਂ ਤਾਂ ਉਹਨਾਂ ਦੀਆਂ ਮਿੰਨਤਾਂ ਕਢਾਈਆਂ ਨੇ ਕੁਲਵੀਰ ਜੀਰੇ ਦੇ ਘਰੇ, ਫਿਰ ਉਹ ਗਿੱਦੜ ਬਾਹੇ ਜਾ ਕੇ ਇਹਦੀਆਂ ਮਿੰਨਤਾਂ ਕੱਢ ਕੇ ਆਏ, ਫਿਰ ਪਤਾ ਨਹੀਂ ਤੀਜੇ ਦਿਨ ਖਾਨੀ ਚੰਡੀਗੜ੍ਹ, ਚੌਥੇ ਦਿਨ ਇਸ ਬੰਦੇ ਨੇ ਉਹ ਮੁਲਾਜ਼ਮ ਦਾ ਖਿਹੜਾ ਛੱਡਿਆ। ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਤੁਸੀਂ ਇਹੋ ਜਿਹੀਆਂ ਕਰਤੂਤਾਂ ਕਰਦੇ ਆ, ਤੇ ਅੱਜ ਜੇ ਮਾੜੀ ਮੋਟ ਕੋਈ ਗੱਲ ਹੁੰਦੀ ਹੈ ਤਾਂ ਤੂੰ ਟਾਂ ਟਾਂ ਲੱਗ ਜਾਂਦਾ ਕਰਨ, ਆ ਸਾਡੇ ਤੇ ਉਹ ਐਲੀਗੇਸ਼ਨ ਲੱਗ ਗਿਆ। ਬਾਈ ਐਲੀਗੇਸ਼ਨ ਸੱਚੇ ਲੱਗੇ ਆ, ਸੁਦੀਪ ਸੰਧੂ ਹੁਣਾਂ ਤੇ ਜੇ ਲੱਗੇ ਆ ਤੇ ਬਰਦਾਸ਼ਤ ਕਰਨੇ ਸਿੱਖੋ, ਜੇ ਤੁਸੀਂ ਕਿਸੇ ਨਾਲ ਧੱਕਾ ਕਰਾਉਣੇ ਆ, ਉਹ ਧੱਕਾ ਨਹੀਂ, ਕੀ ਕਸੂਰ ਸੀ ਉਸ ਮੁੰਡੇ ਦਾ? ਮੈਂ ਬਤੌਰ ਇਸ ਚੋਂ ਤੇਰੀਆਂ ਮਿੰਨਤਾਂ ਕੱਢੀਆਂ, ਮੈਂ ਕਿਹਾ ਯਾਰ ਕੋਈ ਕਸੂਰ ਨਹੀਂ, ਮੁੰਡਾ ਵੈਰੀਫਾਈ ਕਰ ਲਿਆ, ਮੁਲਾਜ਼ਮ ਹੈਗੇ ਆ, ਕੋਈ ਉਹੋ ਜਿਹੀ ਅਪਰਾਧੀ ਥੋੜੀ ਹੈ, ਪੁਲਿਸ ਦੇ ਮੁਲਾਜ਼ਮ ਆ, ਥੋੜੀ ਉਹ ਸਿਕਿਉਰਿਟੀ ਕਰਦੇ ਆ ਸਾਡੇ ਮੁਲਾਜ਼ਮ, ਤੇ ਤੁਸੀਂ ਇਸ ਈਗੋ ਤੱਕ ਵੀ ਇੱਕ ਗੱਡੀ ਬਰਾਬਰ ਖੜੀ ਕਰ ਦਿੱਤੀ ਮੇਰੇ ਲਿਆ ਕੇ। ਮਖੂ ਦੀ ਘਟਨਾ ਤੈਨੂੰ ਯਾਦ ਹੋਣੀ ਹੈ, ਕਦੇ ਯਾਦ ਆ ਗਈ ਤੇ ਸ਼ਰਮ ਨਾਲ ਮਰ ਜੀ, ਜਦੋਂ ਹੁਣ ਆ ਚੋਰਾਂ ਦੀ ਖਾਤਰ ਤੂੰ ਬੋਲਦਾ, ਸਾਨੂੰ ਦੁੱਖ ਹੁੰਦਾ ਇਹਨਾਂ ਚੀਜ਼ਾਂ ਦਾ ਜੋ ਤੁਸੀਂ ਬੋਲਦੇ ਆ। ਅੱਜ ਮੈਨੂੰ ਪਤਾ ਲੱਗਿਆ ਤੂੰ ਅੰਮ੍ਰਿਤਪਾ ਦੇ ਖਿਲਾਫ ਦਰਖਾਸਤ ਦਿੱਤੀ ਹੈ DGP ਸਾਹਿਬ, ਤੁਹਾਡਾ ਕਿਰਦਾਰ ਕੀ ਹੈ? ਕਦੇ ਸੋਚਿਆ ਬੈਠ ਕੇ ਤੁਸੀਂ ਕੀ ਕੀਤਾ ਪੰਜਾਬ ਨਾਲ? ਤੂੰ ਫਰੀਦਕੋਟ ਜਿਹੜੇ 3 ਕਤਲ ਤੇਰੇ ਸਾਲੇ ਦੇ ਖਾਤੇ ਚ ਪੈਂਦੇ ਆ, ਤੇਰੇ ਚ ਪੈਂਦੇ ਆ, ਦੇ ਦੇਗਾ ਜਵਾਬ ਕਦੇ ਉਹਨਾਂ ਲੋਕਾਂ ਨੂੰ? ਦੇ ਸਕਦਾ? ਤੁਸੀਂ ਲੁੱਟ ਕੇ ਖਾ ਕੇ ਪੰਜਾਬ ਨੂੰ ਬਰਬਾਦ ਕਰਤਾ ਤੁਸੀਂ, ਤੁਸੀਂ ਕਿਹੜੇ ਮਹਿਕਮੇ ਦੀ? ਸਾਡੇ ਮਹਿਕਮੇ ਦਾ ਤਾਂ ਜਖਣਾ ਕੱਢ ਦਿੱਤੀ ਤੁਸੀਂ। ਹਜੇ ਮੈਂ ਇਦੋਂ ਗਾਂ ਅਜੇ ਦੱਸੂਗਾ ਜੋ ਕੁਛ ਰੰਧਾਵੇ ਦੀ ਕੋਠੀ ਚ ਹੁੰਦਾ ਰਿਹਾ DGP ਨਾਲ, ਬਾਕੀ ਤਾਂ ਚਲੋ ਸਾਡੇ ਤਾਂ ਛੋਟੇ, ਮੈਨੂੰ ਰੀਜੁਆਇਨ ਜਦੋਂ ਕਰਾਉਂਦੇ ਸੀ ਧੱਕੇ ਨਾਲ, ਤੇ ਮੈਂ ਉੱਥੇ ਦੱਸੂਗਾ ਤੁਸੀਂ ਕੀ ਕੀ ਕਰਦੇ ਰਹੇ ਉੱਥੇ ਅਫਸਰਾਂ ਦੇ ਨਾਲ, ਤੁਹਾਡੀ ਕੀ ਵਤੀਰਾ, ਤੁਹਾਡਾ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਚੰਗਾ, ਮੈਂ ਤਾਂ ਕਹਿੰਦਾ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਸਪੇਅਰ ਨਾ ਕਰੀ, ਇਹ ਉਹ ਇਹ ਸੱਪ ਨੇ ਜਿਨ੍ਹਾਂ ਨੇ ਆਪਦੇ ਬੱਚੇ ਖਾ ਲਏ, ਇਹਨਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮਤਦਾਨ ਹੁੰਦਾ ਵੀ ਆਪਦੀ ਮਤ ਦਾ ਦਾਨ ਕੀਤਾ ਤੁਹਾਨੂੰ ਵੋਟ ਪਾਉਣੀ, ਵੋਟ ਸ਼ਬਦ ਇੰਗਲਿਸ਼ ਦਾ, ਪੰਜਾਬੀ 'ਚ ਮਤਦਾਨ ਕਹਿੰਦੇ ਆਪਾਂ, ਤੁਹਾਨੂੰ ਹਜ਼ਾਰਾਂ ਬੰਦਿਆਂ ਨੇ ਲੱਖਾਂ ਬੰਦਿਆਂ ਨੇ ਆਪਦੀ ਮਤ ਦੀ ਮਤ ਦਾ ਦਾਨ ਦਿੱਤਾ,
ਤੇ ਤੁਸੀਂ ਉਸ ਮਤ ਦਾ ਸਾਡਾ ਜਲੂਸ ਕੱਢ ਕੇ ਰੱਖ ਦਿੱਤਾ। ਤੁਸੀਂ ਛੱਡਿਆ ਕੀ ਹੈ ਪੰਜਾਬ ਦੇ ਪੱਲੇ? ਜੇ ਤੁਸੀਂ ਅਜੇ ਵੀ ਤੁਸੀਂ ਨਾ ਹਟੇ, ਸਾਡੇ ਕੋਲ ਤੁਹਾਡੇ ਵਕਤ ਬਹੁਤ ਕੁਛ ਪਿਆ। ਤੁਸੀਂ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹੋਗੇ, ਨਾ ਤੁਸੀਂ ਤੇ ਨਾ ਜਿਹੜੇ ਪਹਿਲਾਂ ਨੀਲੀਆਂ ਪੱਗਾਂ ਵਾਲੇ। ਜੋ ਤੁਸੀਂ ਧਰੋ ਪੰਜਾਬ ਨਾਲ ਕਮਾਇਆ, ਪੰਜਾਬ ਦੀ ਜਵਾਨੀ ਨਾਲ ਕਮਾਇਆ, ਪੰਜਾਬ ਦੇ ਬਜ਼ੁਰਗਾਂ ਨਾਲ, ਬੱਚਿਆਂ ਨਾਲ, ਜੋ ਤੁਸੀਂ ਮੁਲਾਜ਼ਮਾਂ ਨੂੰ ਪੀੜਿਆ, ਹਰ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਤੁਹਾਡੇ ਕੋਲ ਅਲਾਦੀਨ ਦਾ ਚਿਰਾਗ ਆ? ਇਲੈਕਸ਼ਨ ਲੜਨ ਤੋਂ ਪਹਿਲਾਂ ਤੁਸੀਂ ਭੁੱਖੇ ਮਰਦੇ ਹੁੰਦੇ ਆ, ਤੇ ਬਾਅਦ ਚ ਤੁਸੀਂ ਤੁਹਾਡੇ ਚੰਡੀਗੜ੍ਹ ਦੇ ਵਿੱਚ ਕਿਸੇ ਦੇ ਮਾਹੌਲ, ਕਿਸੇ ਦੇ ਕੁਛ, ਇਹ ਲੋਕਾਂ ਨੂੰ ਵੀ ਦੱਸ ਦਿਓ ਵੀ ਇੰਨੀ ਤਰੱਕੀ ਕਰਨ ਦਾ ਰਾਜ ਕੀ ਆ? ਸ਼ਾਇਦ ਉਹਨਾਂ ਦੀ ਵੀ ਕਿਸਮਤ ਸੁਧਰ ਜੇ। ਮੈਂ ਸਰਕਾਰ ਨੂੰ ਬੇਨਤੀ ਕਰਦਾ, ਬਹੁਤ ਵਧੀਆ ਟਰੈਕ ਤੇ ਸਰਕਾਰ ਚੱਲ ਰਹੀ ਹੈ। ਮੈਂ ਕਹਿੰਦਾ ਜੇ ਅਸੀਂ ਗਲਤੀ ਕੀਤੀ ਸਾਨੂੰ ਵੀ ਨਾ ਬਖਸ਼ੋ। ਮੈਂ ਕਹਿੰਦਾ ਮੈਂ ਬੈਠਾ ਸਾਡੀ, ਜੇ ਮੈਂ ਬੋਲਦਾ ਨਾ, ਜੇ ਕੋਈ ਡਾਊਟਫੁੱਲ ਹੈ ਮੇਰੀ ਵੀ ਜਾਂਚ ਕਰਾਓ, ਮੈਂ ਗਲਤ ਹੈ ਹੱਥ ਕੜੀ ਲਾ ਕੇ ਮੇਰੇ ਘਰੋਂ ਲੈ ਕੇ ਜਾਓ ਮੈਨੂੰ। ਅਸੀਂ ਜੇ ਅਸੀਂ ਕੀਤਾ ਅਸੀਂ ਭੁਗਤ ਗਏ, ਸੱਚ ਨੂੰ ਕਬੂਲ ਕਰਨਾ ਸਿੱਖੀਏ, ਪਰ ਅਸੀਂ ਕੀਤਾ ਨਹੀਂ। ਇਹਦੀ ਮਿਸਾਲ ਹੈ ਥਾਣੇਦਾਰੀ ਕੀਤੀਆਂ ਜਾਂ ਛੱਤਾਂ ਡਿੱਗਦੀਆਂ, ਐਵੇਂ ਨਹੀਂ ਬੋਲਦੇ। ਆਹ ਦੇਖ ਲਓ, ਆਹ ਦੇਖ ਲਓ, ਆਹ ਥਾਣੇਦਾਰ ਦਾ ਘਰ ਹੈ ਜਿਹੜਾ ਚੰਗੇ ਚੰਗੇ ਥਾਣਿਆਂ 'ਚ ਰਿਹਾ। ਸ਼ਰਮ ਨਾ ਮਰਜੋ ਅਤੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਇਹ ਬੇਜ਼ਮੀਰੀਆਂ ਤੱਕ ਇਹਨਾਂ ਤੱਕ ਪਹੁੰਚੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬਾਕੀ ਪੁਲਿਸ ਨੂੰ ਮੇਰੀ ਬੇਨਤੀ ਹੈ, ਸਾਰੇ ਅਫੀਸਰ ਸਾਹਿਬਾਨ ਨੂੰ, ਪੁਲਿਸ ਮੁਲਾਜ਼ਮਾਂ ਨੂੰ, ਇਹਨਾਂ ਚੋਰਾਂ ਦੇ ਖਿਲਾਫ ਜਿੱਥੋਂ ਕੋਈ ਤੁਹਾਨੂੰ ਸਬੂਤ ਮਿਲਦਾ ਉਹ ਖੁੱਲ੍ਹ ਕੇ ਸਰਕਾਰ ਨੂੰ ਵਿਜੀਲੈਂਸ ਨੂੰ ਦਿਓ, ਕਿਉਂਕਿ ਵਿਜੀਲੈਂਸ ਦੇ ਜਿਹੜੇ ਇਸ ਵੇਲੇ ਚੀਫ ਨੇ ਵਰਿੰਦਰ ਕੁਮਾਰ ਜੀ, ਮੇਰੇ SSP ਰਹੇ ਨੇ, ਬਹੁਤ ਇਮਾਨਦਾਰ, ਬਹੁਤ ਵਧੀਆ, ਕਿਉਂਕਿ ਅਸੀਂ ਉਹਨਾਂ ਦੇ ਕੋਲ ਡਿਊਟੀ ਕੀਤੀ ਹੈ, ਅਤੇ ਮੈਨੂੰ ਲੱਗਦਾ ਵੀ ਉਹ ਕਿਸੇ ਅੰਜਾਮ ਤੱਕ ਜ਼ਰੂਰ ਪਹੁੰਚਾਉਣਗੇ, ਅਤੇ ਬਹੁਤ ਵਧੀਆ ਅਫਸਰ ਨੇ ਉਹ, ਅਤੇ ਉਹਨਾਂ ਦਾ ਸਾਥ ਦੇਣਾ ਸਾਡਾ ਫਰਜ਼ ਬਣਦਾ। ਸਾਡੀ ਜਿਹੜੀ ਆ ਯੂਨੀਅਨ ਆ ਪੰਜਾਬ ਪੁਲਿਸ ਦੀ, ਅਸੀਂ ਇਹਦੀ ਤਰਫੋਂ ਜਿੱਥੇ ਵੀ ਸਾਡੀ ਲੋੜ ਪਊਗੀ ਇਹਨਾਂ ਦੇ ਖਿਲਾਫ ਅਸੀਂ ਖੁੱਲ੍ਹ ਕੇ ਸਰਕਾਰ ਦਾ ਵੀ ਸਾਥ ਦੇਵਾਂਗੇ, ਆਪਦੇ ਅਫਸਰਾਂ ਦਾ ਸਾਥ ਵੀ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।